हाँ जी मित्रों, नवे साल दियां अज करतार वाले वालों मुबारक 2024 1 जनवरी। की हाल है भरा? चल रही है फीटिंग पूरी? करतार का भी चल रहा है? ओके काम ये BS4 है, ये लगता लाल इनो वर्गी है, है? अच्छा हैगा ओदे वर्गी है ना, बस ऊ ही पाइपां जादे ने लगता, मां दा लाल इनो वर्गी है यार, ज्यादे फर्क नहीं लगता है ना। बस सिलेंसर दी मुल है, बाकी तो ओही है लाल इनो, कोई डरन दी ज्यादे लोड नहीं हैगी। चल रहा है प्रोसेस इन्हां दा पूरा, आई दा बंदे ही देखना आ रहा है। फीडिंग पूरी तेज है, अज 19 कमाइना की डिलीवरी है कहना करतार दी, नवे साल च लेके जानी ने भाई ते दिखाने उधर, सुनो वीडियो तो जुड़े रहो, शेयर कर दो, लाइक कमेंट कर दो, दसो ओके चल रहा क्या नहीं कम है। आजी जूरी वाली टैंकी है करतार कंपनी ने, मैंने करा रही हैं, एक एक आइटम तो लगती है ना जी चीज फिट होना, कमेंट पूरी स्टील है, करो शेयर, पहुंचे 10-20 लगे वीडियो। अड अड चीज है उथो, कली बाडी डिगी हुई है, इधर आप दिया किस्तियां चेक करी जाता है। बिंद्रा गेज देखता चादर दी, बहुत मोटी है कहना किस्ती, बहुत मोटी है ताही इन्ने रुपये लेंदे ने, जे मोटिया ने ताही पैसे लेंदे ने भाई। आ चीज बन रही है इन्हां दी, वीडियो शेयर कर दो, चल रहा है काम भाई। आ बाडी है, चाहदी सेवा चल रही है खालसे दी। होर जी वाहिगुरु, इंडक्शन गेरा इतने गलबात है, इतो लगते आप दिखा थोनू, इतने कली इन्होंने क्रैंक धरी है, सारे नो पहला क्रैंका फिट कर दो है, सारे नो पहला क्रैंका फिट कर दो, फिर बाकी समान फिर हो ही जाता है, इस साल आता है। आ चीज चो आ भरती कली चीज आ क्रैंका, पूरी ठोस है, प्लेट वांगू है, इतने इस ते कैबन नहीं है, उपर ए बाद कैबन धरता, आ कैबन धरता उपर, आ पैप लाती, एक एक बंदे का एक एक काम है, मैं ये एक पैप लाती, भाई होर की ड्यूटी क्रैंका सार वाकर फिट कर ली है, एक एक चीज एक एक बंदा फिट करी जाता है। आ किसी ने कैबन कैबन करता होना, इधर ला पूरी मशीन बनती दिखाने वहां तक, ਇਹਦਾ ਕੈਬਨ ਲੱਗ ਗਿਆ, ਇਹਦੇ ਤੇ ਕੀ ਲੱਗ ਗਿਆ, ਪੂਛ ਲੱਗ ਗਈ, ਪੂਛ ਆ ਇਹਦੇ ਤੇ ਪੂਛ, ਪੂਛ ਤੇ ਟੈਂਕ ਲੱਗ ਗਿਆ, ਪੂਛ ਤੇ ਇਹਦੇ ਪੂਛ ਨਹੀਂ ਹੈਗੀ, ਇਹਦੇ ਪੂਛ ਤੇ ਟੈਂਕ ਲੱਗ ਗਿਆ। ਅੱਗੇ ਆ ਜਾਓ ਹੁਣ, ਅਗਲੀ ਤੇ ਕੀ ਵੱਧ ਗਿਆ ਮੇਰੇ, ਅਗਲੀ ਤੇ ਸਟਾਰ ਵਾਕਰ ਪੈਣਗੇ, ਹਾਂ ਉਹ ਪਲੇਟ ਵੀ ਲੱਗ ਗਈ ਡੀਜ਼ਲ ਟੈਂਕ ਵਾਲੀ, ਹਾਂ ਡੀਜ਼ਲ ਟੈਂਕ ਵਾਲੀ, ਇਦੋਂ ਬਾਅਦ ਇਹਦੇ ਤੇ ਵੀ ਲੱਗ ਰਿਹਾ ਇਹ ਸਮਾਨ, ਤੇ ਅੱਗੇ ਦੇਖਦੇ ਹਾਂ ਤਾਂ ਪੈ ਗਈਆਂ ਇਹਦੇ, ਹੈ ਆ ਬਿੰਦਰੇ ਸੁਖਦੀਪ ਦਾ ਫੋਨ ਆ ਰਿਹਾ, हां बलौर वाडी ते बरम वाडी कसदे ने इत्थे, की चक्कोगे इहदे नाल, आ स्टार वाकर भी इहदे ते, इहदे ते च भी पा दे, हां इत्थे स्टार वाकर पै गए, इहदे च भी पै गए, एदू गाहां दिखाउणे आपां,
ਕੀ ਹਾਲ ਹੈ ਜੀ ਖਾਲਸਾ ਜੀ ਹਾਵਾਂ ਕਰਦਾ ਗਏ ਨੀ ਹੈਗੇ ਬਾਈ ਕਹਿੰਦਾ ਹਿੱਸੇ ਹਿੱਸੇ ਫਿੱਟ ਕਰਦੇ ਬਾਈ ਦਾ ਦਿਖਾਉਂਦੇ ਆ ਬਾਈ ਪ੍ਰੋਸੈਸ ਇਹ ਬੁਲਾ ਕੇ ਲਿਆ ਇੱਧਰ ਦੇਖਦੇ ਆਪਾਂ ਹਿੱਸਾ ਵੈਲਡ ਕਰਦਾ ਤਾਂ ਹਿੱਸੇ ਫਿਟਿੰਗ ਦਿਖਾ ਦੇਣੇ ਆਪਾਂ ਗੁੱਡ ਬਾਈ ਗੁੱਡ ਅੱਛਾ ਇੱਧਰ ਅੱਡ ਅੱਡ ਚੀਜ਼ਾਂ ਸਾਰੀਆਂ ਫਿਟਿੰਗ ਹੋ ਰਹੀਆਂ ਨੇ ਸਾਰੀ ਕਮੈਂਡ ਦਿਖਾਵਾਂਗੇ ਭਾਈ ਨਵੇਂ ਸਾਲ ਦੀਆਂ ਸਾਰਿਆਂ ਨੂੰ ਕਰਤਾਰ ਕਮੈਂਡ ਵੱਲੋਂ ਵੀ ਵਧਾਈਆਂ ਬਾਕੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ ਵਧਾਵੇ ਧੰਨ ਭਾਗ ਲਾਵੇ ਆਹ ਦੇਖੋ ਗੇਅਰ ਡਕਸ਼ਣਾ ਇੰਨੇ ਜਣੇ ਜੁੜੇ ਹੋਏ ਆ ਜਿਹੜੇ 73 ਜਣੇ ਲਾਈਕ ਕਮੈਂਟ ਕਰੀ ਚੱਲੋ ਆਹ ਹਿੱਸੇ ਅੱਛਾ ਹਿੱਸੇ ਪਿਛਲੇ ਫਿੱਟ ਕਰਦੇ ਹੋ ਪਿਛਲੇ ਹਿੱਸੇ ਚੱਲ ਵਧੀਆ ਡਿਊਟੀ ਐ ਲਾ ਰਹੇ ਹੋ ਹੁਣ ਆਰਮਾ ਦੂਜੀ ਨੇ ਹਨਾ ਪੂਰਾ ਹੈ ਵੀ ਆ ਹਿੱਸਾ ਵੀ ਬਣਿਆ ਹੋਇਆ ਆਹੋ ਉਹਦੇ ਨਾਲ ਲੱਗ ਜਾਂਦਾ ਹਨਾ ਆ ਚੱਲਦੇ ਨੇ ਪੂਰੇ ਐਨ ਫੁੱਲ ਹੈਵੀ ਬਣਾ ਰਹੇ ਨੇ ਹਿੱਸੇ ਉਸੇ ਤੁਹਾਡੀ ਤਿੰਨਾਂ ਦੀ ਡਿਊਟੀ ਹਿੱਸੇ ਤੇ ਹੈ ਬ੍ਰਦਰ ਹਿੱਸੇ ਤੇ ਡਿਊਟੀ ਹੈ ਚਲੋ ਵਧੀਆ ਗੱਲ ਆ ਭਾਈ ਵਧੀਆ ਕਰਿਆ ਕਰੋ ਫੱਟਾ ਐਨ ਕਰਦੇ ਨੇ ਓਕੇ ਕਹਿੰਦਾ ਆਹਾ ਕਾਹਦੇ ਵਾਸਤੇ ਹੁੰਦੀ ਆ ਨਾਲ ਲੱਗ ਜਾਂਦੀ ਆ ਵੀ ਕਟਾਈ ਦੋ ਅੱਛਾ ਅੱਛਾ ਹਾਂ ਠੀਕ ਆ ਹਾਂ ਇਹਦਾ ਹੀ ਫਾਇਦਾ ਇੱਕ ਬੱਟ ਤੇ ਪਹਿਲਾਂ ਤੇ ਅੱਛਾ ਹਾਂ ਫਿਰ ਮਸ਼ੀਨ ਬੁੜਕ ਦੀ ਘੱਟ ਆ ਹਨਾ ਅੱਛਾ ਚਲੋ ਵਧੀਆ ਗੱਲ ਆ ਇਹ ਪਿਛਲੇ ਹਿੱਸੇ ਨੇ ਅਗਲੇ ਉਧਰ ਪਏ ਨੇ ਆਹਾ ਅੱਛਾ ਇਹ ਚੁੱਲ੍ਹਾ ਇਹਦੇ ਵਿੱਚ ਪੈਂਦਾ ਠੀਕ ਆ ਚਲੋ ਵਧੀਆ ਗੱਲ ਆ ਰੱਖੋ ਦੱਬ ਕੇ ਖਿੱਚ ਕੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਬਖਸ਼ੇ ਆ ਵੀ ਮੁੜਿਆ ਆ ਗੇਅਰ ਡਕਸ਼ਣਾ ਫਿੱਟ ਕਰਕੇ ਨੇ ਭਾਈ ਇਹਨਾਂ ਨੇ ਵੱਡਾ ਗੇਅਰ ਹੈ ਕੁਆਲਟੀਆਂ ਸਾਰੀਆਂ ਜੁੜੇ ਰਹੋ ਆਹਾ ਇਧਰੋਂ ਐ ਜਾਂਦਾ ਆ ਰੇਲ ਬਣੀ ਹੋਈ ਇਹਨਾਂ ਦੀ ਐ ਨੂੰ ਹੋ ਜਾਂਦਾ ਫਿੱਟ ਕਰਨਾ ਚੁੱਲ੍ਹੇ ਚੁੱਲ੍ਹੇ ਚ ਡਕਸ਼ਣਾ ਆ ਫਿੱਟ ਕਰੀਆਂ ਪਈਆਂ ਨੇ ਆਹਾ ਗੇੜਾ ਦੇ ਕੇ ਐ ਆ ਜਾਂਦਾ ਇਹਦੇ ਅੱਗੇ ਆ ਪਲੇਟਾਂ ਕਹਿੰਦਾ ਜੀ ਵੀਰੇ ਉਦੇ ਹਾਂ ਨਾਲ ਲਾਉਣ ਨੂੰ ਦਿਖਾਉਣੇ ਅੱਗੇ ਕਮੈਨ ਦੇ ਕੀ ਪ੍ਰੋਸੈਸ ਚੱਲ ਰਿਹਾ ਹੈ ਵੱਡੀਆਂ ਵੱਡੀਆਂ ਕਰੀਨਾ ਸਟਾਰ ਵਾਕਰ ਪਾਤੇ ਇਹਦੇ ਚ ਉਰੇ ਉਰੇ ਨੀ ਪਏ ਇੱਥੇ ਪਾਤੇ ਇੱਥੇ ਇੱਕ ਸਟਾਰ ਵਾਕਰ ਨਾ ਇੱਥੇ ਤਾਂ ਪਾਤੇ ਹੁਣ ਇੱਥੇ ਸਟਾਰ ਵਾਕਰ ਪੈ ਗਏ ਇੱਕ ਤਾਂ ਬਾਕੀ ਆ ਇਟਲ ਉਟਲ ਆਕਸ ਆ ਗਿਆ ਬਾਸਕਟ ਵਾਲੀ ਆਹ ਕਸੀ ਗਈ ਇੱਥੇ ਬਰਮ ਵਾਡੀ ਬਲੌਰ ਵਾਡੀ ਮੁੰਡੇ ਚਿੰਬੜੇ ਰਹਿੰਦੇ ਇੱਥੇ ਮਗਰ ਲਾ ਹਿੱਸਾ ਲਾ ਦੇਣਗੇ ਹੈ ਕਰ ਦੋਗੇ ਫਿੱਟਾ ਇਹ ਵੀ ਅੱਧੀ ਜੀ ਰਹਿ ਗਈ ਇਹਦੇ ਛਾਤਰੀ ਨਿਧਰ ਗਈ ਇੱਥੇ ਇੱਧਰ ਆ ਜਾਂਦੇ ਨੇ ਅੱਗੇ ਪਿੱਛੇ ਤਾਂ ਹੋ ਜਾਂਦੇ ਨੇ ਇੱਕ ਪਲੈਨ ਆ ਲੱਗ ਰਹੇ ਨੇ ਬਾਈ ਮੁੰਡੇ ਬਲੌਰ ਬਰਮ ਵਾਡੀ ਫਿੱਟ ਕਰ ਰਹੇ ਹੋ ਇੱਥੇ ਪਾਉਣੀ ਹੋ ਗਈ ਇੱਥੇ ਪਾਉਣੀ ਕੰਪਲੀਟ ਹੋ ਗਈ ਆਹਾ ਦੋ ਮਸ਼ੀਨਾਂ ਅਗਲੀਆਂ ਤੇ ਪੂਰਾ ਜ਼ੋਰ ਲੱਗਦਾ ਇਦੂ ਆ ਸਾਰੀ ਹੈ ਥ੍ਰੈਸ਼ਰ ਹਾਂ ਇੱਥੇ ਥ੍ਰੈਸ਼ਰ ਗੈਡਰਮ ਪੈ ਗਿਆ ਗੈਡਰਮ ਚ ਭਾਈ ਪੱਤੀ ਇਹਨਾਂ ਦੀਆਂ ਟੌਪ ਨੇ ਹਾਂ ਸੱਤ ਦੇ ਬਹਿ ਰਹੇ ਨੇ ਬਾਈ ਕਰੈਂਕਾਂ ਚ ਇੱਥੇ ਡਿੱਗਦਾ ਇੰਜਣ ਇੱਥੋਂ ਚੱਕਦੇ ਨੇ ਆਹ ਭਾਈ ਨੇ ਲਾਲ ਹਿੰਦੋ ਵਰਗੇ ਹੈਗਾ VS4 ਹੈ VS4 ਟਿਕਦਾ ਭਾਈ ਹੁਣ ਮਸ਼ੀਨਾਂ ਤੇ ਇੰਜਣ ਆਹ ਲਾਤਾ ਸਕੰਜਾ ਅਗਲਾ ਇਧਰੋਂ ਆਹ ਧਰਤਾ ਉਹ ਪਰਜੇ ਦਾ ਉਹਦੀ ਮੁੱਲ ਹੈ ਆਹ ਜਿਹੜਾ ਇੱਕ ਵੱਧ ਰਿਹਾ ਸਿੰਘ ਜਾ ਆਹ ਸਲੈਂਸਰਾਂ ਦੀ ਫਰਕ ਹੈ ਬਾਕੀ ਦਾ ਲਾਲ ਹਿੰਦੋ ਵਰਗੀ ਹੈ ਇੰਜਣ ਸਾਰਾ ਬਾਕੀ ਆਹ ਪਏ ਨੇ ਇਹੀ ਸਲੈਂਸਰ ਜਾ ਮਹਿੰਗਾ ਸਲੈਂਸਰ ਵਾਲੀ ਏ ਕੋਈ ਗੱਲ ਹੈ ਬਾਕੀ ਦਾ ਓਕੇ ਹੈ ਕੰਮ ਐ ਤਾਂ ਨੀ ਖਤਮ ਹੋਣ ਵਾਲੀ ਚੀਜ਼ ਯਾਰ ਸਲੈਂਸਰ ਵੀ ਬਹੁਤ ਭਾਰੀ ਹੈ
ਸਟੀਲ ਦਾ ਬਣਿਆ ਹੋਇਆ। ਕਿਹੜਾ ਏਰੀਆ ਵੀਰੇ ਹੋਰਾਂ ਦਾ, ਕਿਹੜਾ ਏਰੀਆ? ਅੱਛਾ ਤੁਸੀਂ ਤਾਂ ਲੋਕਲ ਹੋ। ਅੱਛਾ ਸਟੀਲ ਦਾ ਬਣਿਆ ਹੋਇਆ ਤੁਸੀਂ ਦੱਸ ਰਹੇ ਹੋ, ਇਹ ਤਾਂ ਹੈਵੀ ਹੈ ਇਹਦਾ ਸਟੀਲ ਦਾ, ਕਿੱਥੇ ਖਤਮ ਹੁੰਦਾ ਫਿਰ? ਅੱਛਾ ਰਾਵੜ ਦਾ ਲੱਗਦਾ ਪੱਖਾ ਇਹਦੇ। ਇੰਜਣ ਦੀ ਜਾਣਕਾਰੀ ਟੋਟਲ ਦੀ ਹੈ, ਕੋਈ ਦਿੱਕਤ ਨਹੀਂ ਹੈ ਨਾ ਵੱਡੇ ਭਾਈ? ਇਹਦੀ ਇੰਜਣ ਦੀ ਤਾਂ ਇੱਕ ਵੀ ਪੈਸੇ ਦੀ ਦਿੱਕਤ ਨਹੀਂ, ਪਿਛਲੇ ਸਾਲ ਚੱਲੀਆਂ ਨੇ, ਕੋਈ ਗਰਮ ਗੁਰਮ ਵਾਲਾ ਨਹੀਂ। ਟਰਾਲਿਆਂ ਦੇ ਤਾਂ ਬਹੁਤ ਟਾਈਮ ਦੀਆਂ ਚੱਲਦੀਆਂ ਨੇ, ਕਿੰਨੀਆਂ ਕੁ ਪਾਈਪਾਂ ਪੂਪਾਂ ਨੇ ਇਹਦੀਆਂ, ਕੋਈ ਜ਼ਿਆਦਾ ਨਹੀਂ ਹੈਗਾ। ਉਹ ਸਾਰਾ ਕੰਪਲੀਟ ਹੋ ਗਿਆ ਨਾ, ਇਹਦੇ ਸਲੈਂਸਰ ਰਹਿ ਗਿਆ ਗੱਲਾਂ ਲਾਉਣ ਦੇ, ਆਹ ਚੀਜ਼ ਦੀ ਮੁੱਲ ਹੈ। ਅੱਛਾ ਇਹਦਾ ਸਲੈਂਸਰ ਲੱਗ ਜੂ ਇਹਦੇ, ਆਹ ਰੇਡੀਟਰ ਟਿਕ ਗਿਆ, ਠੀਕ ਆ ਡੂਟੀ ਦੇ ਪੰਪ ਲੱਗ ਗਏ, ਓਕੇ ਕਰਿਆ ਪਿਆ ਇਹਦਾ ਇੰਜਣ। ਆਹ ਚੀਜ਼ ਵੱਧ ਹੈ ਦੂਜੇ ਇੰਜਣਾਂ ਨੂੰ ਹਨਾ ਬ੍ਰਦਰ? ਇਹ ਟਰਬੋ ਤਾਂ ਹੈਗਾ ਸੀ। ਅੱਛਾ ਆਹ ਸਲੈਂਸਰ ਦੀ ਵਰਕ ਇਹ ਵੀ 6 ਆ ਗਿਆ ਬਾਈ। ਪਾਈਪਾਂ ਤਾਂ ਜ਼ਰੂਰ ਨੇ ਪਰ ਐਡੀ ਗੱਲ ਨਹੀਂ ਡਰਨ ਵਾਲੀ। ਤਰੀ ਜਾਂਦੇ ਹੋ ਅੱਜ ਬਾਈ ਕਹਿੰਦਾ 19 ਕੰਬਾਈਨਾਂ ਦੀ ਡਿਲੀਵਰੀ ਹੈ, 19 ਕੰਬਾਈਨਾਂ ਦੀ ਡਿਲੀਵਰੀ ਹੈ ਕਹਿੰਦਾ ਕਰਤਾਰ ਦੀ, ਪੂਰੀ ਰੈਡੀ ਖੜੀਆਂ ਨੇ। ਆਹ ਇਹਦੇ ਚ ਦਿਖਦਾ ਇੰਜਣ, 19 ਕੰਬਾਈਨਾਂ ਦੀ ਡਿਲੀਵਰੀ। ਆ ਲੈ ਪਾਈਪਾਂ, ਓਕੇ ਵੀਰੇ। ਅੱਛਾ ਧੰਨਵਾਦ, ਥੈਂਕ ਯੂ ਬਾਈ। ਹਾਂ 14 ਮਾਡਲ ਵੈਰਿੰਗ ਕਿਹੜੀ ਕੰਪਨੀ ਦੇ ਬਾਰੇ ਆ ਵੀਰੇ? ਵੈਰਿੰਗ ਦਿਖਾ ਦਾ ਨੇ ਆਪਾਂ ਵੀਰੇ, ਵੈਰਿੰਗ ਕਿਹੜੀ ਕੰਪਨੀ ਦੇ ਬਾਰੇ ਨੇ? ਵੈਰਿੰਗ ਮੈਂ UC7 ਦਾ ਕਰੈਂਕ ਵਾਲਾ ਦਿਖਾਇਆ ਸੀ, ਇਹ ਸੀ ਕੇ ਮਨਾਲੀ ਆ ਗਈ ਬਾਈ ਡੀਲਕਸ। ਵਿਸ਼ਾਲ 14 ਮਾਡਲ, ਹਾਂ ਆਹੀ ਹੈ। ਇਹ ਤਾਂ ਮੈਂ ਫੇਸਬੁੱਕ ਤੇ ਲਾਈ ਵਾ, ਵੈਰਿੰਗ ਦਿਖਾ ਦੇਣਾ। ਈਟੀ ਕਹਿੰਦੇ ਫੈਫਨਰ FFR, ਈਟੀ ਕਹਿੰਦੇ ਹੁੰਦੇ ਨੇ ਕੁਛ ਵੀਰੇ, ਦੋ ਤਿੰਨ ਕੰਪਨੀਆਂ ਨਾਲ ਡੀਲਿੰਗ ਕਰਦੇ ਨੇ। ਚਲੋ ਭਾਈ ਉੱਤੇ ਦੀ ਗੱਲਬਾਤ ਹੈ, ਆ ਜਾ ਰਹੇ ਨੇ ਰੈਸ਼ਰ ਵਾਸਕ ਤਾਂ ਚਲੀਏ। ਉਹ ਮੈਂ ਤੈਨੂੰ ਐਂ ਕਹਿੰਦਾ ਸੀਗਾ, ਕਲਾ ਕਰਤੀ ਵਧਾਈ ਬਾਈ, ਓਕੇ।